ਅਸੀਂ ਇੱਕ ਓਨਰਰੀ ਕੰਮ ਕਰਾਂਗੇ ਪੰਜਾਬ ਲਈ, ਆਪਦੇ ਪੱਲਿਓਂ ਪੈਸੇ ਖਰਚਾਂਗੇ, ਕਿਸੇ ਤੋਂ ਪੈਸਾ ਨਹੀਂ ਮੰਗਣਾ। ਅਸੀਂ ਮੁੱਦੇ ਸੁਣ ਕੇ ਜਵਾਬ ਸੋਚ ਕੇ ਉਹਨਾਂ ਨੂੰ ਐਡਵਾਈਸ ਕਰਾਂਗੇ ਵੀ ਆਹ ਹੱਲ ਹੈਗਾ, ਆਹ ਦਵਾਈ ਹੈ ਤੁਹਾਡੀ ਬਿਮਾਰੀ ਦਾ। ਜਿਹੜੀ ਬਿਮਾਰੀ ਫਿਰ ਉਹ ਛਿੜਕਣਗੇ ਕਿਹਦੇ 'ਤੇ? ਜਿਹੜੇ ਵੋਟਾਂ ਮੰਗਣ ਆਉਣਗੇ ਉਹਨਾਂ 'ਤੇ ਉਹ ਦਵਾਈ ਛਿੜਕੀ ਜਾਊਗੀ, ਤਾਂ ਕਿ ਉਹਨਾਂ ਦੀ ਸੋਚ ਸਿੱਧੀ ਹੋ ਜਾਵੇ ਵੀ ਇਹ ਕੰਮ ਨਹੀਂ ਚੱਲਣਾ, ਇਹ ਝੂਠ ਬੋਲਿਆ, ਵੋਟਾਂ ਵਟੋਰ ਕੇ ਜਾ ਕੇ 4 ਸਾਲ ਮੁੜ ਕੇ ਮੌਜ ਕਰਨੀ, 5 ਸਾਲ, ਇਹ ਕੰਮ ਨਹੀਂ ਚੱਲਣ ਲੱਗਿਆ ਪੰਜਾਬ 'ਚੋਂ। ਤੁਹਾਡੇ ਮੰਚ ਨੂੰ ਹੁੰਗਾਰਾ ਮਿਲੂਗਾ ਲੋਕਾਂ ਨੂੰ, ਕੀ ਤੁਹਾਨੂੰ ਇਹ ਆਸ ਹੈ? ਬਿਲਕੁਲ ਮਿਲੇਗਾ, ਕਿਉਂਕਿ ਇਹ ਤਾਂ ਇੱਕ ਖੁਦਕੁਸ਼ੀ ਦੇ ਰਾਹ 'ਤੇ ਆਪਾਂ, ਔਰ ਸ਼ਰੇਆਮ ਜਿਹੜੀ ਤੁਹਾਡੀ ਗੱਲ ਹੈ, ਲੋਕਾਂ 'ਚ ਹਾਹਾਕਾਰ ਮੱਚੀ ਪਈ ਹੈ। ਪੰਜਾਬ ਦੀ ਰੈਵਨਿਊ ਜਿੱਥੋਂ ਆਉਂਦੀ ਸੀ ਉਹ ਰੈਵਨਿਊ ਦੇ ਸੋਰਸਿਸ ਨੂੰ ਵੀ ਆਪਾਂ ਡਾਇਲਿਊਟ ਕਰਕੇ ਪ੍ਰਾਈਵੇਟ ਹੱਥਾਂ 'ਚ ਦੇ ਦਿੱਤਾ, ਚਾਹੇ ਮਾਈਨਿੰਗ ਹੈ, ਚਾਹੇ ਠੇਕੇ ਹੈ, ਚਾਹੇ ਬੱਸਿਸ ਹੈ। ਇਹ ਆਮ ਗੱਲਾਂ ਚਰਚਾ ਆਮ ਚਰਚਾ ਹੈ, ਸਾਨੂੰ ਅਸੀਂ ਵੀ ਕਿੱਥੋਂ ਸੁਣੇ ਹੈ, ਅਸੀਂ ਵੀ ਇਸੇ ਸੋਸਾਇਟੀ 'ਚ ਰਹਿੰਦੇ ਹਾਂ, ਅਸੀਂ ਵੀ ਦੇਖਿਆ ਹੈ ਕੀ ਹੋ ਰਿਹਾ। ਸਾਰਾ ਨੌਜਵਾਨ ਪੰਜਾਬ ਦਾ ਬਾਹਰਲੇ ਮੁਲਕਾਂ 'ਚ ਭੱਜ ਰਿਹਾ। ਇਹ ਸਾਰੀਆਂ ਚੀਜ਼ਾਂ ਦਰਸਾਉਂਦੀਆਂ ਹੈ ਵੀ ਕੁਛ ਇੱਥੇ ਭੈੜੀ ਬਿਮਾਰੀ ਫੈਲੀ ਹੋਈ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਇੱਕ ਐਸੀ ਦਵਾ ਕੱਢਣ ਦੀ ਜਿਹਦੇ ਨਾਲ ਉਹ ਬਿਮਾਰੀ ਨੂੰ ਦੂਰ ਕੀਤਾ ਜਾ ਸਕੇ। ਸਾਂਝਾ ਸੁਨਹਿਰਾ ਪੰਜਾਬ ਮੰਚ ਦਾ ਆਗਾਜ਼ ਅੱਜ ਚੰਡੀਗੜ੍ਹੋਂ ਹੋਇਆ, ਜਿਹਦੇ 'ਚ ਬਹੁਤ ਨਾਮੀ ਸਾਬਕਾ ਸਪੋਰਟਸ ਪਰਸਨੈਲਿਟੀਜ਼, ਬਿਊਰੋਕਰੈਟਸ, ਜੁਡੀਸ਼ਰੀ ਤੋਂ ਵੀ ਬੰਦੇ ਜੁੜੇ ਨੇ। ਅੱਜ ਸਾਡੇ ਨਾਲ ਮੌਜੂਦ ਨੇ ਉਹਨਾਂ 'ਚੋਂ ਹੀ ਇੱਕ ਮੈਂਬਰ ਜਿਹੜੇ ਮੰਚ ਨਾਲ ਜੁੜੇ ਨੇ, ਸਰਦਾਰ ਗੁਰਬੀਰ ਸਿੰਘ ਸੰਧੂ ਜੀ, ਜਿਹੜੇ ਕਿ ਅਰਜੁਨਾ ਅਵਾਰਡੀ ਵੀ ਰਹਿ ਚੁੱਕੇ ਹੈ ਅਤੇ ਫਾਰਮਰ ਇੰਟਰਨੈਸ਼ਨਲ ਸ਼ੂਟਰ ਵੀ ਨੇ। ਉਹਨਾਂ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਸੰਧੂ ਸਾਹਿਬ। ਸੰਧੂ ਸਾਹਿਬ, ਮੰਚ ਬਣਾਇਆ ਗਿਆ, ਅੱਜ ਆਗਾਜ਼ ਕੀਤਾ ਗਿਆ, ਇਹਦੇ ਬਾਰੇ ਥੋੜ੍ਹਾ ਦੱਸੋ ਵੀ ਇਹਦਾ ਰੋਲ ਕੀ ਹੋਊਗਾ, ਕਿਵੇਂ ਮੰਚ ਅੱਗੇ ਚੱਲੂਗਾ? ਅੱਜ ਤੱਕ ਇਕੱਠੇ ਹੋਏ ਹੋ, ਆਗਾਜ਼ ਕੀਤਾ ਗਿਆ, ਅੱਗੇ ਦੀ ਰਣਨੀਤੀ ਕੀ ਹੈ? ਬੜਾ ਸਿੱਧੀ ਜੀ ਗੱਲ ਹੈ ਜੀ, ਇਹ ਅਸੀਂ ਸਾਰੇ ਦਰਦ ਮਹਿਸੂਸ ਕਰਦੇ ਹਾਂ ਜਿਹੜਾ ਪੰਜਾਬ ਇਸ ਵਕਤ ਸਾਰਾ ਜਿਹਦੇ ਨਾਲ ਜੂਝ ਰਿਹਾ। ਹਰ ਮੁੱਦਾ, ਹਰ ਤਬਕਾ ਕਿਸਾਨੀ ਦਾ ਤਾਂ ਉੱਭਰ ਕੇ ਆਇਆ ਹੀ ਹੈ, ਲੇਕਿਨ ਇਸ ਤੋਂ ਇਲਾਵਾ ਅਨਇੰਪਲੋਇਮੈਂਟ ਦਾ, ਨਸ਼ੇ ਦਾ, ਮੈਡੀਕਲ ਕੰਡੀਸ਼ਨਸ ਦਾ, ਸਕੂਲਾਂ ਦੀ ਹਾਲਤ ਦਾ, ਇੰਪਲੋਇਮੈਂਟ ਨਹੀਂ ਹੈ, ਖਾਲੀ ਜਿਹੜੀਆਂ ਪਈਆਂ ਸਾਰੀਆਂ ਪੋਜੀਸ਼ਨਸ ਸਕੂਲਾਂ 'ਚ, ਹੌਸਪੀਟਲ 'ਚ, ਇਹ ਸਾਰੇ ਮੁੱਦੇ ਜਿਹੜੇ ਆ, ਹੁਣ ਦੁਨੀਆ ਬਹੁਤ ਤੰਗ ਹੋ ਗਈ, ਇਹ ਬਿਲਕੁਲ ਆਪਾਂ ਹੱਦ 'ਤੇ ਪਹੁੰਚ ਗਿਆ ਦਰਦ ਪੰਜਾਬ ਦਾ। ਇਹ ਸਾਥੋਂ ਵੀ ਬਾਹਰ ਬਹਿ ਕੇ ਵੇਖਿਆ ਨਹੀਂ ਗਿਆ, ਕਿਉਂਕਿ ਅਸੀਂ ਉਮੀਦ ਕਰਦੇ ਸੀ ਪਿਛਲੇ 30-40 ਸਾਲ ਤੋਂ ਵੀ ਕੋਈ ਨਾ ਕੋਈ ਆ ਕੇ ਬਾਗਡੋਰ ਸੰਭਾਲੂਗਾ, ਅੱਤਵਾਦ ਕੇ ਵਜ੍ਹਾ ਨਾਲ ਆਪਣਾ ਸੈੱਟਬੈਕ ਹੋਏ, ਮਾਲੀ ਤੌਰ 'ਤੇ ਬੋਝ ਪੈ ਗਿਆ ਪੰਜਾਬ 'ਤੇ, ਪਰ ਸਿਰਫ ਆਪਾਂ ਉਹਨੂੰ ਬਲੇਮ ਨਹੀਂ ਹੁਣ ਕਰ ਸਕਦੇ। ਉਸ ਤੋਂ ਬਾਅਦ ਬੜੀਆਂ ਸਰਕਾਰਾਂ ਬਣੀਆਂ ਜਿਨ੍ਹਾਂ ਨੂੰ ਕੋਈ ਨਾ ਕੋਈ ਸੋਚ ਵਿਚਾਰ ਕੇ ਐਸੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਸੀ ਵੀ ਸਾਰੇ ਤਬਕਿਆਂ ਨੂੰ ਕੁਛ ਨਾ ਕੁਛ ਰਾਹਤ ਮਿਲਦੀ, ਤਰੱਕੀ ਵੱਲ ਨੂੰ ਤੁਰਦੇ। ਉਲਟਾ ਕੀ ਹੋ ਰਿਹਾ, ਸਾਰਾ ਨੌਜਵਾਨ ਪੰਜਾਬ ਦਾ ਬਾਹਰਲੇ ਮੁਲਕਾਂ 'ਚ ਭੱਜ ਰਿਹਾ। ਇਹ ਸਾਰੀਆਂ ਚੀਜ਼ਾਂ ਦਰਸਾਉਂਦੀਆਂ ਹੈ ਵੀ ਕੁਛ ਇੱਥੇ ਭੈੜੀ ਬਿਮਾਰੀ ਫੈਲੀ ਹੋਈ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਇੱਕ ਐਸੀ ਦਵਾ ਕੱਢਣ ਦੀ ਜਿਹਦੇ ਨਾਲ ਉਹ ਬਿਮਾਰੀ ਨੂੰ ਦੂਰ ਕੀਤਾ ਜਾ ਸਕੇ। ਉਹ ਦਵਾ ਕੀ ਹੈਗੀ ਹੈ? ਪਬਲਿਕ ਦੀ ਆਵਾਜ਼ ਸੁਣਨੀ ਹੈ। ਪਬਲਿਕ ਪਹਿਲਾ ਸਟੈਪ ਸਾਡੇ ਇਸ ਮੰਚ ਦਾ ਅੱਜ ਤੋਂ ਬਾਅਦ ਹੈ, ਪਬਲਿਕ 'ਚ ਪਹੁੰਚਣਾ, ਜ਼ਿਮੀਂਦਾਰਾਂ 'ਚ, ਗਰੀਬਾਂ 'ਚ, ਦਲਿਤਾਂ 'ਚ, ਹਰ ਵਰਗ ਨੂੰ ਮੁੱਦੇ ਉਹਨਾਂ ਦੇ ਜ਼ੁਬਾਨੀ ਉਹਨਾਂ ਤੋਂ ਸੁਣਨੇ, ਫਿਰ ਉਹਦੇ 'ਤੇ ਮੰਥਨ ਕਰਨਾ, ਸੋਚਣਾ, ਵਿਚਾਰਨਾ। ਸਾਡੇ ਕੋਲ ਇੱਕ ਐਸਾ ਨੌਲੇਜ ਬੇਸ ਹੈਗਾ ਹੈ, ਸਾਡੇ ਮੰਚ 'ਚ ਪਿੱਛੇ ਵੀ ਲੋਕ ਹੈਗੇ ਨੇ ਜਿਹੜੇ ਸਪੈਸ਼ਲਿਸਟ ਹੈ, ਸਬਜੈਕਟ ਸਪੈਸ਼ਲਿਸਟ, ਜਿਹੜੇ ਕੋਈ ਪ੍ਰੋਫਿਟ ਲਈ ਨਹੀਂ ਹੈ। ਅਸੀਂ ਇੱਕ ਓਨਰਰੀ ਕੰਮ ਕਰਾਂਗੇ ਪੰਜਾਬ ਲਈ, ਆਪਦੇ ਪੱਲਿਓਂ ਪੈਸੇ ਖਰਚਾਂਗੇ, ਕਿਸੇ ਤੋਂ ਪੈਸਾ ਨਹੀਂ ਮੰਗਣਾ। ਅਸੀਂ ਮੁੱਦੇ ਸੁਣ ਕੇ ਜਵਾਬ ਸੋਚ ਕੇ ਉਹਨਾਂ ਨੂੰ ਐਡਵਾਈਸ ਕਰਾਂਗੇ ਵੀ ਆਹ ਹੱਲ ਹੈਗਾ, ਆਹ ਦਵਾਈ ਹੈ ਤੁਹਾਡੀ ਬਿਮਾਰੀ ਦਾ। ਉਹ ਜਿਹੜੀ ਬਿਮਾਰੀ ਫਿਰ ਉਹ ਛਿੜਕਣਗੇ ਕਿਹਦੇ 'ਤੇ? ਜਿਹੜੇ ਵੋਟਾਂ ਮੰਗਣ ਆਉਣਗੇ ਉਹਨਾਂ 'ਤੇ ਉਹ ਦਵਾਈ ਛਿੜਕੀ ਜਾਊਗੀ, ਤਾਂ ਕਿ ਉਹਨਾਂ ਦੀ ਸੋਚ ਸਿੱਧੀ ਹੋ ਜਾਵੇ ਵੀ ਇਹ ਕੰਮ ਨਹੀਂ ਚੱਲਣਾ, ਇਹ ਝੂਠ ਬੋਲਿਆ, ਵੋਟਾਂ ਵਟੋਰ ਕੇ ਜਾ ਕੇ 4 ਸਾਲ ਮੁੜ ਕੇ ਮੌਜ ਕਰਨੀ, 5 ਸਾਲ, ਇਹ ਕੰਮ ਨਹੀਂ ਚੱਲਣ ਲੱਗਿਆ ਪੰਜਾਬ 'ਚ ਹੁਣ। ਇਹ ਬਿਲਕੁਲ ਸਾਡਾ ਮੁੱਦਾ ਇਹ ਹੈ। ਅਤੇ ਤੁਹਾਨੂੰ ਲੱਗਦਾ ਸੰਧੂ ਸਾਹਿਬ ਜਿਹੜੀ ਇੱਕ ਰੀਤ ਜੀ ਜਿਹੜੀ ਚੱਲ ਰਹੀ ਲੁੱਟ ਕਸੁੱਟ ਦੀ ਬਣ ਗਈ ਹੈ, ਬਹੁਤ ਜ਼ਿਆਦਾ ਸਿੱਧਾ ਹੀ ਹੁਣ ਤਾਂ ਲੁੱਟਣ ਹੀ ਲੱਗ ਗਏ, ਜਿਹੜੇ ਮੰਤਰੀਆਂ ਆਮ ਨਾਲੇ ਕਹਿ ਵੀ ਦਿੰਦੇ ਨੇ ਵੀ ਅਸੀਂ ਤਾਂ ਕਰਦੇ ਹਾਂ, ਤੁਸੀਂ ਜੋ ਕਰਨਾ ਕਰ ਲਓ, ਇਨਕੁਆਇਰੀਆਂ ਦੀ ਵੀ ਗੱਲ ਹੋਵੇ, ਕੀ ਲੋਕ ਇਹ ਗੱਲਾਂ ਤੋਂ ਹੁਣ ਬਿਲਕੁਲ ਅੱਗੇ ਹੈ? ਇਹ ਜਿਹੜਾ ਗੁੱਸਾ ਹੈ ਵੋਟਾਂ 'ਚ ਵੀ ਤਬਦੀਲ ਹੋਊਗਾ, ਤੁਹਾਡੇ ਮੰਚ ਨੂੰ ਹੁੰਗਾਰਾ ਮਿਲੂਗਾ ਲੋਕਾਂ ਨੂੰ, ਕੀ ਤੁਹਾਨੂੰ ਇਹ ਆਸ ਹੈ? ਬਿਲਕੁਲ ਮਿਲੇਗਾ, ਕਿਉਂਕਿ ਇਹ ਤਾਂ ਇੱਕ ਖੁਦਕੁਸ਼ੀ ਦੇ ਰਾਹ 'ਤੇ ਆਪਾਂ, ਔਰ ਸ਼ਰੇਆਮ ਜਿਹੜੀ ਤੁਹਾਡੀ ਗੱਲ ਹੈ, ਲੋਕਾਂ 'ਚ ਹਾਹਾਕਾਰ ਮੱਚੀ ਪਈ ਹੈ। ਤਹਿਸੀਲਾਂ 'ਚ ਲੈ ਲਓ, ਥਾਣਿਆਂ 'ਚ ਲੈ ਲਓ, ਗਵਰਨੈਂਸ ਦੇ ਨਾਮ 'ਤੇ ਮਿਸਯੂਜ਼ ਆਫ ਪਾਵਰ ਹੋ ਰਿਹਾ। ਜੋ ਪੰਜਾਬ ਦੇ
ਇੱਕ ਤਾਂ ਇੰਡੀਵਿਜੁਅਲ ਲੈਵਲ ਤੇ 7 ਵਜਦੀ ਹੈ ਹਰ ਬੰਦੇ ਨੂੰ ਜਿਹੜਾ ਕੋਈ ਕੰਮ ਕਰਾਉਣ ਜਾਂਦਾ ਚੱਕਰ ਮਰਵਾਈ ਜਾਂਦੇ ਕੰਮ ਨਹੀਂ ਹੁੰਦੇ ਕੁਝ ਲਾਲਚ ਰੱਖਦੇ ਹੈ ਫਾਈਲਾਂ ਮੂਵ ਕਰਨ ਦੇ ਜਿਹੜਾ ਆਪਾਂ ਸਭ ਜਾਣਦੇ ਹਾਂ ਦੂਜੀ ਗੱਲ ਹੈਗੀ ਹੈ ਜਿਹੜੇ ਪੰਜਾਬ ਦੀ ਰੈਵਨਿਊ ਜਿੱਥੋਂ ਆਉਂਦੀ ਸੀ ਉਹ ਰੈਵਨਿਊ ਦੇ ਸੋਰਸਿਸ ਨੂੰ ਵੀ ਆਪਾਂ ਡਾਇਲਿਊਟ ਕਰਕੇ ਪ੍ਰਾਈਵੇਟ ਹੱਥਾਂ 'ਚ ਦੇਤਾ ਚਾਹੇ ਮਾਈਨਿੰਗ ਹੈ ਚਾਹੇ ਠੇਕੇ ਹੈ ਚਾਹੇ ਬੱਸਿਸ ਹੈ ਇਹ ਆਮ ਗੱਲਾਂ ਚਰਚਾ ਆਮ ਚਰਚਾ ਹੈ ਸਾਨੂੰ ਅਸੀਂ ਵੀ ਕਿੱਥੋਂ ਸੁਣੇ ਹਾਂ ਅਸੀਂ ਵੀ ਇਸੇ ਸੁਸਾਇਟੀ 'ਚ ਰਹਿੰਦੇ ਹਾਂ ਅਸੀਂ ਵੀ ਦੇਖਿਆ ਹੈ ਵੀ ਇਹ ਆਵਾਜ਼ ਕੀ ਹੈ ਦਰਦ ਕੀ ਹੈ ਇਹ ਦਰਦ ਨੂੰ ਮਹਿਸੂਸ ਕਰਦੇ ਅਸੀਂ ਦਵਾਈ ਜਾਂ ਹੱਲ ਸਮਝਾਉਣ ਆਏ ਹਾਂ ਵੀ ਆਹ ਕਰੋ ਔਰ ਪਬਲਿਕ ਦੇ ਹੱਥ 'ਚ ਪਾਵਰ ਹੈ ਉਹ ਉਹਨਾਂ ਨੂੰ ਸਮਝ ਆ ਜੂਗੀ ਪੋਲੀਟੀਸ਼ੀਅਨ ਸਿੱਧੇ ਹੋ ਜਾਣਗੇ ਅਸੀਂ ਇਹੀ ਉਮੀਦ ਲੈ ਕੇ ਆਏ ਤਾਂ ਪੁੱਛ ਰਿਹਾ ਸੀ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਸੀ ਸਿਸਟਮ ਕਰਪਸ਼ਨ ਨਾਲ ਚੱਲ ਰਿਹਾ ਜਾਂ ਪੈਸੇ ਨਾਲ ਚੱਲ ਰਿਹਾ ਨਾ ਚਾਹੁੰਦੇ ਵੀ ਲੋਕ ਉਸ 'ਚ ਢਲ ਗਏ ਨੇ ਗਿੱਝ ਗਏ ਨੇ ਉਹ ਤੋਂ ਵੀ ਕਰਪਸ਼ਨ ਪੈਸੇ ਦਿੱਤੇ ਕੰਮ ਕਰਵਾ ਲਿਆ ਉਹ ਇੱਕ ਤਰ੍ਹਾਂ ਤੋਂ ਸੌਖ ਈਜ਼ੀ ਵੀ ਹੋ ਗਈ ਫਿਰ ਹੋਰ ਇੱਕ ਸਾਈਕਲ ਚੱਲ ਪਿਆ ਕੀ ਲੋਕ ਇਸ ਸਾਈਕਲ ਨੂੰ ਤੋੜਨ ਨੂੰ ਹਜੇ ਤੁਹਾਨੂੰ ਲੱਗਦਾ ਤਿਆਰ ਨੇ ਕਿ ਉਹ ਅਟੈਂਪਟ ਕਰਨਗੇ 100% ਤਿਆਰ ਹੈ ਇਹ ਤਾਂ ਆਪਣੇ 'ਤੇ ਹੁਣ ਬੱਚਾ ਨਹੀਂ ਪਲ ਪਾ ਰਹੇ ਪਰਿਵਾਰ ਲੋਕਾਂ ਨੇ ਵਿਆਹ ਸ਼ਾਦੀਆਂ ਨਹੀਂ ਕਰ ਪਾ ਰਹੇ ਕੁੜੀਆਂ ਮੁੰਡਿਆਂ ਦੀਆਂ ਕਰਜ਼ੇ ਇੰਨੇ ਚੜ੍ਹ ਚੁੱਕੇ ਹੈ ਜੇ ਹੁਣ ਆਪਾਂ ਵੋਟ ਆਈ ਕਾਲ ਅੰਗਰੇਜ਼ੀ 'ਚ ਮੈਂ ਸ਼ਬਦ ਕਹਾਂਗਾ ਵੀ ਹੈਵ ਹਿੱਟ ਰੌਕ ਬੋਟਮ ਦ ਪੰਜਾਬੀ ਸੁਸਾਇਟੀ ਪੰਜਾਬੀ ਇਕੋਨਮੀ ਪੰਜਾਬੀ ਹਰ ਸੈਕਟਰ ਇਸ ਵਕਤ ਰੌਕ ਬੋਟਮ 'ਤੇ ਹੈ ਹੁਣ ਵਕਤ ਹੈ ਇਹਨੂੰ ਵੱਜ ਕੇ ਥੱਲੇ ਰੌਕ ਬੋਟਮ ਤੋਂ ਉੱਠ ਕੇ ਹੁਣ ਉੱਭਰਨ ਦਾ ਟਾਈਮ ਹੈ ਔਰ ਮੈਨੂੰ ਆਸ ਹੈ ਪੰਜਾਬੀ ਇੰਨੀ ਕੁ ਜੋਸ਼ ਰੱਖਦੇ ਹੈ ਇੰਨੀ ਕੁ ਹੌਸਲਾ ਰੱਖਦੇ ਹੈ ਵੀ ਉਹਨਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਸਿਹਤਹੀਣ ਸੀਗੇ ਉਹਨਾਂ ਨੂੰ ਸਿਹਤ ਦੇਣਾ ਸਾਡਾ ਕੰਮ ਹੈ ਅਸੀਂ ਦੇਵਾਂਗੇ ਕੋਸ਼ਿਸ਼ ਰਹੇਗੀ ਸਾਡੀ ਮੁੜ ਘੁੜ ਕੇ ਸਾਰੀ ਗੱਲ ਪੋਲੀਟਿਕਸ 'ਤੇ ਆਉਂਦੀ ਹੈ ਪੋਲੀਟਿਕਸ ਹੀ ਹੱਲ ਹੈ ਕਿਉਂਕਿ ਸਰਕਾਰ ਜਿਹਦੇ ਕੋਲ ਪਾਵਰ ਹੁੰਦੀ ਹੈ ਉਹੀ ਇਹ ਫੈਸਲਾ ਕਰ ਸਕਦੇ ਆ ਜਾਂ ਡਰਾਸਟਿਕ ਚੇਂਜ ਜਿਵੇਂ ਆਪਾਂ ਐਕਸਪੈਕਟ ਕਰ ਰਹੇ ਹਾਂ ਉਹ ਕਰ ਸਕਦੇ ਆ ਲੋਕਾਂ ਕੋਲ ਆਪਸ਼ਨਸ ਹਜੇ ਤੱਕ 3 ਮੇਨਸਟ੍ਰੀਮ ਪਾਰਟੀਆਂ ਨੇ ਇੱਕ ਤਾਂ ਨਵੀਂ ਹੈ 2 ਰਵਾਇਤੀ ਨੇ ਤਾਂ ਇਸ ਇਹਨਾਂ 'ਚ ਹੀ ਲੋਕਾਂ ਨੇ ਖੇਡਣਾ ਜਾਂ ਇਹਨਾਂ 'ਚ ਹੀ ਹੈਗਾ ਤੁਹਾਨੂੰ ਕੀ ਲੱਗਦਾ ਵੀ ਹੋਰ ਜਿਹੜੇ ਬੰਦੇ ਆ ਉਹਨਾਂ ਨੂੰ ਪਾਰਟੀ ਬਣਾਉਣੀ ਚਾਹੀਦੀ ਹੈ ਮੰਚ 'ਚ ਵੀ ਪਾਰਟੀ ਬਣਾਊਗਾ ਮੇਨ ਸਟ੍ਰੀਮ ਪੋਲੀਟਿਕਸ ਦਾ ਹਿੱਸਾ ਬਣੂਗਾ ਤਾਂ ਕਿ ਜਿਹੜੀ ਚੇਂਜ ਹੋ ਸਕੇ ਕਿ ਇਹਨਾਂ ਪਾਰਟੀਆਂ 'ਚ ਰਹਿ ਕੇ ਨੁਮਾਇੰਦਿਆਂ ਨੂੰ ਉਹ ਕਹਿਣਗੇ ਵੀ ਇਹਨਾਂ ਨੂੰ ਨਾ ਵੋਟ ਪਾਓ ਇਹਨਾਂ ਨੂੰ ਵੋਟ ਪਾਓ ਗੱਲ ਇਸ ਤਰ੍ਹਾਂ ਵੀ ਇਹ ਟਾਈਮ ਬਤਾਏਗਾ ਸਾਡੀ ਗੱਲ ਹੈ ਵੀ ਜਿਹੜਾ ਬਈ ਕੋਈ ਪੋਲੀਟੀਕਲ ਐਂਟੀਟੀ ਅਲਟੀਮੇਟ ਪਾਵਰ ਪਬਲਿਕ ਦੇ ਰਾਹੀਂ ਪੋਲੀਟੀਕਲ ਪਾਵਰ ਚਾਹੁੰਦਾ ਜਿਨ੍ਹਾਂ ਨੇ ਐਡਮਿਨਿਸਟ੍ਰੇਸ਼ਨ ਦੇਣੀ ਹੈ ਜਿਨ੍ਹਾਂ ਨੇ ਸਾਡੇ ਹੱਲ ਕਰਨੇ ਹੈ ਲੇਕਿਨ ਪਬਲਿਕ ਨੂੰ ਇਹ ਨਹੀਂ ਪਤਾ ਕੀ ਕਰਾਉਣਾ ਅਸੀਂ ਪਬਲਿਕ ਨੂੰ ਦੱਸਣਾ ਜਿਹੜਾ ਵੀ ਕੈਂਡੀਡੇਟ ਜਾਂ ਜਿਹੜੀ ਵੀ ਪੋਲੀਟੀਕਲ ਪਾਰਟੀ ਚਾਹੇ ਪੁਰਾਣੀ ਚਾਹੇ ਨਵੀਂ ਜਿਹੜੀ ਤਾਂ ਰਾਹ 'ਤੇ ਆ ਜੂਗੀ ਲੋਕ ਜਾਗਰੂਕ ਹੋ ਕੇ ਉਹਨੂੰ ਤਾਂ ਲਿਆਉਣਗੇ ਅੱਗੇ ਫਿਰ ਉਹ ਇੱਕ ਪ੍ਰੈਸ਼ਰ ਬਣ ਜੂਗਾ ਇੱਕ ਉਹਨੂੰ ਜਕੜ ਕੇ ਰੱਖੂਗੀ ਪਬਲਿਕ ਓਪੀਨੀਅਨ ਭਾਈ ਇਸ ਰਾਹ 'ਤੇ ਚੱਲਣਾ ਪੈਣਾ ਆ ਰੇਤੇ ਦਾ ਕੰਮ ਐ ਨਹੀਂ ਚੱਲਣਾ 25-25 ਰੁਪਈਏ ਟਰਾਲੀ ਦੀ ਫੁੱਟ ਦੀ ਰੇਤ ਹੋਈ ਪਈ ਹੈ ਇਹ ਕੋਈ ਤਰੀਕਾ ਥੋੜ੍ਹੀ ਆਮ ਬੰਦਾ ਕਿਵੇਂ ਜਿਉਵੇਂਗਾ ਆਮ ਬੰਦਾ ਘਰ ਕਿੱਥੋਂ ਪਾ ਸਕਦਾ ਪਾ ਹੀ ਨਹੀਂ ਸਕਦਾ ਐਵੇਂ ਰੋਲੇ ਫਿਰਦੇ ਆ ਕਰਜ਼ੇ ਲਈ ਫਿਰਦੇ ਆ ਗੱਡੀ ਚਲਾ ਰਹੇ ਹੈ ਪਰ ਹਰ ਪੋਲੀਟੀਕਲ ਕੈਂਡੀਡੇਟ ਨੂੰ ਇਸ ਲਾਈਨ 'ਚ ਚੱਲਣਾ ਪੈਣਾ ਪਾਰਟੀ ਇਜ਼ ਨੋਟ ਇੰਪੋਰਟੈਂਟ ਆਈ ਥਿੰਕ ਦੀ ਕੈਂਡੀਡੇਟ ਇਜ਼ ਇੰਪੋਰਟੈਂਟ ਯੈਸ ਕਈ ਪਾਰਟੀਆਂ ਦੀ ਕਮੀ ਇੱਥੋਂ ਤੱਕ ਆ ਜਾਂਦੀ ਹੈ ਮੈਂ ਜੋ ਮੈਂ ਮਹਿਸੂਸ ਕੀਤਾ ਹੈ ਵੀ ਕਈ ਸੈਂਟਰ ਦੀਆਂ ਕੰਟਰੋਲਡ ਪਾਰਟੀਜ਼ ਹੈ ਮਸਲਨ ਕਾਂਗਰਸ ਹੈ ਹੁਣ ਕਾਂਗਰਸ ਦੀ ਨੀਤੀ ਇੰਡੀਆ ਵਾਸਤੇ ਬਣਦੀ ਹੈ ਕਈ ਵਾਰੀ ਉਹ ਪੰਜਾਬ ਦੇ ਵਿਰੁੱਧ ਹੋ ਜਾਂਦੀ ਹੈ ਫਿਰ ਉਹ ਪੰਜਾਬ ਦਾ ਪੱਖ ਨਹੀਂ ਲੈ ਪਾਉਂਦੇ ਪੰਜਾਬ ਕੋਲ ਟਰੂ ਰੀਜਨਲ ਪਾਰਟੀ ਸੀਗੀ ਇੱਕ ਟਾਈਮ 'ਤੇ ਜਿਹੜਾ ਅਕਾਲੀ ਦਲ ਸੀ ਹੁਣ ਜਿਹੜਾ ਅਕਾਲੀ ਦਲ ਲੌਂਗੋਵਾਲ ਬਣਿਆ ਫਿਰ ਹੁਣ ਅਕਾਲੀ ਦਲ ਬਾਦਲ ਬਣ ਗਿਆ ਉਹ ਬਾਦਲ ਸੈਂਟ੍ਰਿਕ ਹੋ ਗਿਆ ਉਹ ਵਿਚਾਰ ਇੱਕ ਫੈਮਿਲੀ ਟ੍ਰੈਡੀਸ਼ਨ ਹੋ ਗਈਆਂ ਉਹ ਲੋਕਾਂ ਦਾ ਭਰੋਸਾ ਗਵਾ ਚੁੱਕੇ ਹੈ ਕਿਉਂਕਿ ਇਟ ਇਜ਼ ਬਿਕਮ ਕਲੀਅਰ ਇਮੇਜ ਦੇਅਰ ਫੈਮਿਲੀਜ਼ ਬਿਜ਼ਨਸ ਇੰਟਰਸਟ ਆਰ ਕਮਿੰਗ ਇਨ ਕੌਨਫਲਿਕਟ ਵਿਦ ਪੋਲੀਟੀਕਲ ਇੰਟਰਸਟ ਆਫ ਪੰਜਾਬ ਪੰਜਾਬੀ ਆਪ ਤੋਂ ਆਸ ਸੀਗੀ ਆਪ ਤਾਂ ਹੁਣ ਪ੍ਰੋਬਲਮ ਕੀ ਮੈਨੂੰ ਜ਼ਿਆਤੀ ਤੌਰ 'ਤੇ ਕੀ ਨਜ਼ਰ ਆ ਰਿਹਾ ਮੈਂ ਆਪ ਤੋਂ ਬੜਾ ਉਮੀਦਵਾਰ ਸੀਗਾ ਅਸੀਂ ਬੜੇ ਹੁਮ ਹਮਾ ਕੇ ਲੋਕਾਂ ਦੀ ਮਦਦ ਵੀ ਕੀਤੀ ਲੇਕਿਨ ਕੀ ਹੋਇਆ ਆਪ ਦਾ ਜਿਹੜਾ ਮੁੱਦਾ ਉਹ ਵੀ ਕੰਟਰੋਲ ਦਿੱਲੀ 'ਚ ਹੈ ਮਿਸਟਰ ਕੇਜਰੀਵਾਲ ਦਿੱਲੀ ਦੇ ਨੇ ਹਰਿਆਣੇ ਦੇ ਵਾਸੀ ਨੇ ਉਹ ਪੰਜਾਬ ਦੇ ਮਸਲਿਆਂ ਦੇ ਉੱਤੇ ਸਟੈਂਡ ਪੰਜਾਬ ਦਾ ਕਿਵੇਂ ਲੈ ਸਕਦੇ ਹੈ ਮੁੱਦਾ ਹੀ ਇੱਕ ਹੈ ਪਾਣੀ ਦਾ ਮਸਲਾ ਸਾਡੇ ਚੰਡੀਗੜ੍ਹ ਦੀ ਰਾਜਧਾਨੀ ਦਾ ਮਸਲਾ ਜਿਹੜੇ ਵੀ ਪੈਂਡਿੰਗ ਕੇਸਿਸ ਆਪਣੇ ਇਲਾਕਿਆਂ ਦਾ ਮਸਲਾ ਹੈ ਪੰਜਾਬ ਦੇ ਨਾਲ ਇਹ ਮੁੱਦੇ ਹਰਿਆਣੇ ਨਾਲ ਸਾਡਾ ਟਸਲ ਚੱਲਦੀ ਪਈ ਹੈ ਹੁਣ ਮਿਸਟਰ ਕੇਜਰੀਵਾਲ ਕਿੱਧਰ ਜਾਣਗੇ ਸਾਨੂੰ ਪਾਰਟੀ ਚਾਹੀਦੀ ਹੈ ਜਿਹੜੀ ਪਿਓਰ ਰੀਜਨਲ ਹੋਵੇ TMC ਵਾਂਗੂ DMK ਵੱਲੋਂ ਉਹੋ ਜਿਹੇ ਕਿਹੜੇ ਮੁੰਡੇ ਉੱਧਰ ਕੇ ਆਉਣਗੇ ਨੌਜਵਾਨ ਜਾਂ ਜਿਹੜੇ ਵੀ ਬੰਦੇ ਚੰਗੇ ਬੰਦੇ ਜਿਹਨਾਂ ਨੂੰ ਮੈਂ ਮੋਟੇ ਤੌਰ 'ਤੇ ਚੰਗੇ ਵਰਡ ਯੂਜ਼ ਕਰ ਸਕਦਾ ਹੈ ਉਹ ਜਿਹੜੇ ਆਉਣਗੇ ਹੁਮ ਹਮਾ ਕੇ ਲੋਕਾਂ ਨੇ ਉੱਧਰ ਨੂੰ ਤੁਰਨਾ ਹੈ ਸਾਡੀ ਆਸ ਹੈ ਅਸੀਂ ਕੋਸ਼ਿਸ਼ ਕਰਾਂਗੇ ਵਿਚਾਰਧਾਰਾ ਦੇਣ ਦੀ
ਸੋਚ ਦੇਣ ਦੀ ਜਿਹਦੇ ਨਾਲ ਇਹੋ ਜਿਹੇ ਨੌਜਵਾਨ ਨਵੇਂ ਮੁੰਡੇ ਉੱਠਣ ਔਰ ਆਪਦੀ ਜ਼ਿੰਮੇਵਾਰੀ ਆਪਦੇ ਪੰਜਾਬ ਨੂੰ ਸੰਭਾਲਣ। ਮੈਂ ਗੱਲ ਕਰਾਂਗਾ ਹੁਣ ਤੁਹਾਡੇ ਦੋ ਸ਼ਬਦਾਂ 'ਚ ਹੀ ਵੀ ਪੰਜਾਬ ਦਾ ਮੇਰਾ ਸੁਪਨਾ ਹੈ ਹੋਸ਼, ਸੋਚ ਅਤੇ ਜੋਸ਼। ਹੋਸ਼ ਆਵੇ, ਉੱਠੋ, ਜਾਗੋ। ਸੋਚ, ਸੋਚ ਅਸੀਂ ਦੇਵਾਂਗੇ ਜਿਹੜੇ ਲੋਕਾਂ ਨੂੰ ਤਜਰਬਾ ਹੈ, ਜਿਹੜੀ ਦੁਨੀਆ ਭਰ ਵੇਖੀ ਹੈ, ਬਹੁਤ ਸਾਲਾਂ 'ਚ ਕੰਮ ਅਸੀਂ ਬੜੇ ਕਰ ਪਾਏ ਹੈ ਔਰ ਉਹਦੇ 'ਚੋਂ ਸਿੱਖ ਕੇ ਆਏ ਹਾਂ। ਅਸੀਂ ਸੋਚ ਦੇਵਾਂਗੇ। ਜੋਸ਼ ਕਿੱਥੋਂ ਆਉਣਾ? ਪਬਲਿਕ 'ਚੋਂ ਆਉਣਾ ਹੈ। ਜੋਸ਼ ਆਉਣਾ ਨੌਜਵਾਨਾਂ 'ਚ। ਜੇ ਨੌਜਵਾਨਾਂ ਨੇ ਮਿਸਾਲ ਚੱਕ ਕੇ ਪੰਜਾਬ ਨੂੰ ਤਬਦੀਲ ਦੀ, ਸਾਂਝੇ ਅਤੇ ਸੁਨਹਿਰਾ ਬਣਾਉਣ ਦੀ ਮਿਸਾਲ ਚੱਕ ਲਈ, ਕੋਈ ਭਗਤ ਸਿੰਘ ਵਰਗੇ ਆ ਗਏ, ਕੋਈ ਇਹੋ ਜਿਹੇ ਬੰਦੇ ਜਿਹੜੇ ਉਤਸ਼ਾਹ ਕਰ ਸਕਣ, ਅਤੇ ਉਹ ਪਗੜੀ ਆਪੇ ਪੰਜਾਬ ਦੀ ਸੰਭਾਲੀ ਜਾਣੀ ਹੈ। ਇਹ ਆਸ ਲੈ ਕੇ ਅਸੀਂ ਆਏ ਹਾਂ। ਗੱਲ ਕਰੀਏ, ਤੁਸੀਂ ਨੌਜਵਾਨਾਂ ਦੀ ਗੱਲ ਕਰ ਰਹੇ ਹੋ, ਜਿਹੜੀ ਅੱਜ ਦੀ ਪੀੜ੍ਹੀ ਹੈ, ਨੌਜਵਾਨੀ ਹੈ ਕਹਿ ਲਓ, ਉਹ ਰਿਜ਼ਲਟ ਬਹੁਤ ਇਮੀਡੀਏਟ ਚਾਹੁੰਦੀ ਹੁੰਦੀ ਹੈ। ਲੌਂਗ ਟਾਈਮ ਜਿਹੜੀ ਸਟਰਗਲ ਹੈ, ਜਿਹੜੀ ਥੋੜ੍ਹੀ ਜਨਰੇਸ਼ਨ ਨੇ ਦੇਖੀਆਂ ਨੇ ਜਾਂ ਹੋਰ ਮੈਂ ਗੱਲ ਕਹਿ ਲਾਂ ਜਨਰੇਸ਼ਨਸ ਪਾਸਟ ਨੇ ਦੇਖੀਆਂ ਨੇ, ਉਹਨਾਂ 'ਚ ਸਬਰ ਵੀ ਸੀ। ਅੱਜ ਸਟੇਜ 'ਤੇ ਵੀ, ਮੰਚ 'ਤੇ ਵੀ ਇਹ ਗੱਲ ਹੋਈ ਸਬਰ ਦੀ। ਇਹ ਜਿਹੜੀ ਕਮੀ ਹੈ ਇਹਨੂੰ ਕਿਵੇਂ ਦੂਰ ਕੀਤਾ ਜਾਊਗਾ? ਜਿਹੜਾ ਇਮੀਡੀਏਟ ਰਿਜ਼ਲਟ ਕਈ ਵਾਰ ਜਿਹੜੀ ਨੌਜਵਾਨ ਪੀੜ੍ਹੀ ਚਾਹੁੰਦੀ ਹੁੰਦੀ ਹੈ, ਉਹਦੇ ਚੱਕਰ 'ਚ ਕਈ ਵਾਰ ਵਾਇਲੈਂਸ ਵੀ ਹੋ ਜਾਂਦੀ ਹੈ ਜਾਂ ਹੋਰ ਵੀ ਕੋਈ ਗੱਲਾਂ ਹੋ ਜਾਂਦੀਆਂ, ਡਿਸਰੇ ਹੋ ਜਾਂਦੇ ਨੇ, ਆਫ ਟਰੈਕ ਹੋ ਜਾਂਦੇ, ਉਹਨੂੰ ਕਿਵੇਂ ਮੰਚ ਸਾਂਭੂਗਾ? ਦੇਖੋ, ਗੱਲ ਇਹ ਵੀ, ਇਹ ਮਸਲੇ ਸਾਡੇ ਕੋਲ ਜਿੰਨੇ ਵੀ ਅਸੀਂ ਵਿਚਾਰ ਇਹਨਾਂ ਡਿਟੇਲਸ 'ਚ ਕਰਾਂਗੇ, ਬਟ ਕੋਈ ਵੀ ਚੀਜ਼ ਹੈ, ਦੇਰ ਆਰ ਥ੍ਰੀ ਟਾਈਮ ਫਰੇਮ ਰੱਖਣਾ ਚਾਹੀਦਾ। ਇੱਕ ਹੈ ਜਿਹੜਾ ਇਮੀਜੀਏਟ ਹੈ, ਕਿਉਂਕਿ ਇਲੈਕਸ਼ਨ ਫਰਵਰੀ 'ਚ ਆ ਜਾਣੇ ਹੈ, ਤਾਂ ਕਈ ਗੱਲਾਂ ਜਿਹੜੀਆਂ ਜਲਦੀ ਦੇਣੇ ਲੋਕਾਂ ਨੂੰ ਸਮਝ ਆਉਣੀਆਂ। ਕਈ ਗੱਲਾਂ ਅਸੀਂ ਸਮਝਾਵਾਂਗੇ, ਜਿਹੜੀ ਮੱਧ ਹੈ, ਮਿਡ ਟਰਮ ਪੋਲਿਸੀ ਹੋਣੀ ਚਾਹੀਦੀ ਹੈ, 5 ਸਾਲ 10 ਸਾਲ ਦੀ, ਪੰਜਾਬ ਨੂੰ ਕਿੱਧਰ ਲਿਜਾਣਾ। ਜਿਵੇਂ ਮਸਲਨ ਖੇਤੀ ਨੂੰ ਤਬਦੀਲ ਕਿਵੇਂ ਕਰਨਾ, ਜਿਹੜੀ ਕਣਕ ਔਰ ਪੈਡੀ ਦੀ ਰੋਟੇਸ਼ਨ ਹੈ ਜਿਹਦੇ ਨਾਲ ਪੰਜਾਬ ਦਾ ਪਾਣੀ ਖਤਮ ਹੋ ਰਿਹਾ, ਬੜੀ ਖਤਰਨਾਕ ਹਾਲਤ 'ਚ ਹੈਗੇ ਹੈ, ਉਹ ਤਬਦੀਲ ਹੋਏਗਾ 5-10 ਸਾਲਾਂ 'ਚ। ਇੱਕ ਫਿਰ ਅਸੀਂ ਨੀਤੀ ਦੇਵਾਂਗੇ ਜਿਹੜੀ 50 ਸਾਲ ਦੀ ਹੈ, ਫੋਰ ਇਗਜ਼ਾਮਪਲ 1971 ਦੀ, 1975 ਦੀ ਨੀਤੀ, ਪੰਜਾਬ ਦੀ ਵਿਜ਼ਨ ਕੀ ਹੋਣੀ ਚਾਹੀਦੀ ਹੈ। ਸੋ 3 ਮਸਲਿਆਂ 'ਤੇ ਹੱਲ ਕਰਾਂਗੇ। ਨੌਜਵਾਨ ਜਿਹੜੀ ਚਾਹੁੰਦੇ ਚੀਜ਼, ਉਹ ਹੱਲ ਇਸ ਵਕਤ 6 ਮਹੀਨਿਆਂ 'ਚ ਇੱਕ ਮੌਕਾ ਆਏਗਾ ਡੈਮੋਕ੍ਰੇਸੀ ਨੂੰ ਆਵਾਜ਼ ਉਠਾਉਣ ਦਾ, ਅਸੀਂ ਉਹੋ ਜਿਹੇ ਮੈਸੇਜਿੰਗ ਕਰਾਂਗੇ। ਇੱਕ ਮੈਸੇਜਿੰਗ ਦੇਵਾਂਗੇ ਵੀ ਜਿਹੜੀ 10 ਸਾਲ ਤੱਕ ਪੰਜਾਬ ਕਿੱਥੇ ਵੇਖੀਏ, ਇੱਕ ਦੇਵਾਂਗੇ ਜਿਹੜੀ 50 ਸਾਲ ਤੱਕ ਪੰਜਾਬ ਕਿੱਥੇ ਦਿਖੇਗਾ। ਸੋ ਇਹ ਚੀਜ਼ਾਂ, ਹਰ ਚੀਜ਼ ਨੂੰ ਮੈਚ ਕਰਨਾ ਪੈਣਾ, ਔਰ ਕਈ ਚੀਜ਼ਾਂ ਅਰਸੇ ਨਾਲ ਹੀ ਪਲਦੀਆਂ। ਹੁਣ ਬੋਹੜ ਹੈ, ਜਿਹੜਾ ਪਿੱਪਲ ਹੈ, ਉਹ 500 ਸਾਲ ਜਾ ਕੇ ਐਡਾ ਬਣਦਾ ਹੈ। ਜਿਹੜਾ ਛੋਟਾ ਫਲ ਹੁੰਦਾ, ਜਿਹੜਾ ਆਪਣੀ ਸਰ੍ਹੋਂ ਦਾ ਬੂਟਾ ਹੈ, ਉਹਨੇ ਤੁਹਾਨੂੰ 2-3 ਮਹੀਨਿਆਂ ਸਰ੍ਹੋਂ ਦਾ ਸਾਗ ਦੇ ਦੇਣਾ। ਹਰ ਚੀਜ਼ ਚੱਲਦੀ ਹੈ ਸੋਸਾਇਟੀ 'ਚ। ਸੋ ਸਾਨੂੰ ਹਰ ਤਰ੍ਹਾਂ ਦੇ ਲੋਕਾਂ ਦਾ ਆਸ ਬਰਕਰਾਰ ਕਰਨੀ ਹੈ, ਉਹਨਾਂ ਨੂੰ ਕਾਇਮ ਕਰਨਾ, ਉਹਨਾਂ ਨੂੰ ਸੇਧ ਦੇਣੀ ਹੈ। ਸਪੋਰਟਸ ਦੀ ਵੀ ਗੱਲ ਕਰੀਏ, ਤੁਹਾਡਾ ਆਪਦਾ ਸਪੋਰਟਸ ਦਾ ਬੈਕਗਰਾਊਂਡ ਹੈ, ਪੰਜਾਬ ਦੀ ਬਹੁਤ ਚੜ੍ਹਤ ਹੁੰਦੀ ਸੀ ਇੱਕ ਟਾਈਮ 'ਤੇ, ਸਪੋਰਟਸ 'ਚ ਪੰਜਾਬ ਹੁੰਦਾ ਸੀ ਜਾਂ ਕੇਰਲਾ ਹੁੰਦਾ ਸੀ, ਦੋਹੀ। ਹੁਣ ਸਪੋਰਟਸ ਲਾ ਲਓ, ਜਿਵੇਂ ਓਲੰਪਿਕਸ ਵੀ ਪੰਜਾਬ ਦਾ ਕੋਈ ਮੈਡਲ ਨਹੀਂ ਆਇਆ, ਹਾਕੀ ਆਈ ਹੈ, ਹਾਕੀ 'ਚ ਆਪਣੇ ਨੌਜਵਾਨ ਬਹੁਤ ਜ਼ਿਆਦਾ ਸੀ, ਪੰਜਾਬ ਦੀ ਸਪੋਰਟਸ ਉੱਤੇ ਤੁਸੀਂ ਕਿਵੇਂ ਦੇਖਦੇ ਹੋ, ਕਿਵੇਂ ਰਿਵਾਈਵ ਹੋ ਸਕਦੀ? ਬਹੁਤ ਜ਼ਰੂਰੀ ਹੈ, ਇਹ ਤਾਂ ਮੇਰੇ ਲਈ ਇੱਕ ਧਰਮ ਹੈ, ਸਪੋਰਟਸ ਮੇਰਾ ਇੱਕ ਧਰਮ ਹੀ ਕਹਾਂਗਾ ਮੈਂ। ਮੈਂ ਉਹਨੂੰ ਇੰਨੀ ਮਤਲਬ ਇੱਜ਼ਤ ਦਿੰਦਾ ਧਰਮ ਦੇ ਤੌਰ 'ਤੇ, ਕਿਉਂਕਿ ਸਪੋਰਟਸ ਇੱਕ ਐਸੀ ਚੀਜ਼ ਹੈ ਜਿਹਦੇ ਇਮੇਜ ਨਿਊਟਰਲ ਹੈ, ਜਿਹਦੇ 'ਚ ਇੱਕ ਇੰਨਾ ਪੋਟੈਂਸ਼ੀਅਲ ਹੈਗਾ ਹੈ ਕੌਮ ਨੂੰ, ਇੱਕ ਸੂਬੇ ਨੂੰ, ਇੱਕ ਦੇਸ਼ ਨੂੰ ਖੜ੍ਹਾ ਕਰਨ ਦਾ, ਉਤਸ਼ਾਹ ਭਰਨ ਦਾ। ਜਿਹੜੀ ਨਿਰਾਸ਼ਾ ਦੀ ਇਸ ਵਕਤ ਹਾਲਾਤ ਪੈਦੇ ਹੋਏ ਹੈ, ਸਪੋਰਟਸ ਇੱਕ ਐਸਾ ਹੱਲ ਹੈ, ਜੇ ਇਹਦੇ 'ਚ ਸਹੀ ਤਰੀਕੇ ਨਾਲ ਆਪਾਂ ਉਪਲਬਧੀਆਂ ਕਰੀਏ, ਰੋਲ ਮਾਡਲਸ ਹੋਣ। ਪੰਜਾਬ, ਮੈਨੂੰ ਪੱਕਾ ਪਤਾ, ਆਪਦੀ ਬਚਪਨ ਤੋਂ ਮੈਂ ਦੇਖਦਾ ਆ ਰਿਹਾ, ਪੰਜਾਬ ਕਲੀਅਰਲੀ ਇੱਕ ਨੰਬਰ ਸੀ, ਨੇੜੇ ਤੇੜੇ ਨਹੀਂ ਸੀ, ਕੋਈ ਚੈਲੰਜ ਵੀ ਨਹੀਂ ਸੀ ਕਰਦਾ, ਚਾਹੇ ਰੈਸਲਿੰਗ ਹੁੰਦੀ, ਚਾਹੇ ਬੋਕਸਿੰਗ ਹੁੰਦੀ, ਚਾਹੇ ਐਥਲੈਟਿਕਸ ਹੁੰਦੀ, ਚਾਹੇ ਕੋਈ ਵੀ ਸਪੋਰਟਸ ਹੁੰਦੀ, ਫੁੱਟਬਾਲ ਹੁੰਦੀ, ਹਾਕੀ ਤਾਂ ਸੀਗੀ। ਇਹ ਜਿਹੜੀ ਹੁਣ ਅੱਜ ਦੀ ਹਾਲਾਤ ਹੈ, ਪਿਛਲੇ 40 ਸਾਲਾਂ ਦੇ ਵਿੱਚ ਜਦੋਂ ਤਾਂ ਮੈਂ ਵੇਂਹਦਾ ਆ ਰਿਹਾ 50 ਸਾਲਾਂ ਤੋਂ, ਹੁਣ ਪੰਜਾਬ ਨੰਬਰ 7ਵੇਂ 'ਤੇ ਆ ਗਿਆ ਨੈਸ਼ਨਲ ਗੇਮ 'ਚ। ਛੋਟੀਆਂ ਸਟੇਟ ਜਿਹੜੀਆਂ ਕੇਰਲਾ, ਮਣੀਪੁਰ ਵਗੈਰਾ ਵੀ ਸਾਤੋਂ, ਹਰਿਆਣਾ ਅੱਗੇ ਬਹੁਤ ਲੰਘ ਗਿਆ, ਦਿੱਲੀ ਅੱਗੇ ਲੰਘ ਗਿਆ, ਸਰਵਿਸਿਸ ਤਾਂ ਅੱਗੇ ਲੰਘ ਹੀ ਗਏ। ਸੋ ਇੱਕ ਬਿਲਕੁਲ ਦਰਦਨਾਕ ਹਾਲਤ ਹੈ। ਇਹਨੂੰ ਦੇ ਕੋਲ, ਮੇਰੇ ਕੋਲ ਸਪੈਸੀਫਿਕ ਐਕਸਪੀਰੀਅੰਸ ਹੈਗਾ, ਮੈਂ ਸਪੈਸੀਫਿਕ ਪਲਾਨ ਹੈਗੀ ਮੇਰੇ ਕੋਲ, ਇਹਨੂੰ ਆਪਾਂ ਰੀਜੂਵੀਨੇਟ ਕਿਵੇਂ ਕਰਨਾ ਹੈ, ਕਿਉਂਕਿ ਇਹਦੇ ਨਾਲ ਸਾਡੀ ਪ੍ਰਾਈਡ ਹੈ, ਪੰਜਾਬੀ ਦੀ ਪ੍ਰਾਈਡ, ਅਣਖ, ਉਹ ਇਹਦੇ ਨਾਲ ਜੁੜੀ ਹੈ, ਜਵਾਨੀ ਨਾਲ, ਕਿਸਾਨੀ ਨਾਲ ਅਤੇ ਖੇਲਵਾਨੀ ਨਾਲ। ਇਹ ਤਿੰਨੋਂ ਚੀਜ਼ਾਂ ਬਹੁਤ ਜ਼ਰੂਰੀ ਹੈ, ਅਹਿਮ ਹੈ। ਇੱਕ ਆਖਰੀ ਸਵਾਲ ਮੰਚ ਦਾ ਹੈ, ਮੰਚ ਏਜੰਡਾ ਵੀ ਦਊਗੀ, ਅਵੇਅਰਨੈਸ ਵੀ ਕਰੂਗੀ, ਸਭ ਕੁਛ ਹੈ। ਸਿਆਸਤਦਾਨ ਇੱਕ ਭੈੜੀ ਸ਼ੈ ਮੰਨੀ ਜਾਂਦੀ ਹੈ, ਹੈ ਨਾ, ਕੱਲ੍ਹ ਨੂੰ ਥੋੜ੍ਹਾ ਏਜੰਡਾ ਐਕਸੈਪਟ ਕਰ ਲੈਂਦੇ ਆ, ਉਹ ਕਹਿਣਗੇ ਜੇ ਅਸੀਂ ਪਾਵਰ 'ਚ ਆਉਂਦੇ ਹਾਂ ਅਸੀਂ ਇੰਪਲੀਮੈਂਟ ਕਰਾਂਗੇ ਇਹਨੂੰ, ਪਰ ਫਿਰ ਜੇ ਨਹੀਂ ਹੁੰਦਾ ਫਿਰ ਕੀ ਆਲਟਰਨੇਟ ਹੈ? 5 ਸਾਲ ਤੋਂ ਪਾਵਰ ਹੰਢਾ ਹੀ ਲੈਣਗੇ। ਦੇਖੋ, ਇਹ ਤਾਂ ਰਿਸਕ ਫੈਕਟਰ ਹੁੰਦਾ ਲਾਈਫ 'ਚ। ਹੁਣ ਮੈਂ ਇੱਥੋਂ ਆਪਾਂ ਜਾਵਾਂਗੇ ਦੋਨੋਂ, ਕੱਲ੍ਹ ਨੂੰ ਆਪਾਂ ਕਾਰ 'ਚ ਬਹਿ ਕੇ ਸੜਕ 'ਤੇ ਜਾਣਾ, ਆਪਣੇ ਨਾਲ ਕੀ ਹੋ ਜਾਣਾ ਕੀ ਜਾਣੇ। ਸੋ ਬਾਹਲਾ ਨਹੀਂ ਸੋਚਿਆ ਜਾ ਸਕਦਾ ਹੁੰਦਾ, ਹਰ ਘਟਨਾ ਦਾ ਕੌਨਸੀਕੁਐਂਸ ਨਹੀਂ ਵੇਖਣਾ ਆਪਾਂ। ਇੱਕ ਗੱਲ ਕਲੀਅਰ ਹੈ,
ਹੁਣ ਨਹੀਂ ਅਸੀਂ ਸੱਤ ਵਾਰ ਦੇ ਰਵਾਂਗੇ ਸਾਡੀ ਇਹ ਜਿਹੜੀ ਵਿਚਾਰਧਾਰਾ ਜਦ ਤੱਕ ਜਿਉਂਦੇ ਹੈ ਅਸੀਂ ਸਾਡੇ ਨਾਲ ਆਸ ਕਰਦੇ ਹਾਂ ਵੀ ਪਬਲਿਕ ਹੋਰ ਜੁੜੂਗੀ ਆਵਾਜ਼ ਮੈਗਨੀਫਾਈ ਕਰੂਗੀ ਗਿਆਨ ਵਿਚਾਰ ਸਾਡੇ ਕੋਲ ਹੋਰ ਆਉਣਗੇ ਅਸੀਂ ਹੋਰ ਉਹਨੂੰ ਇੰਪਰੂਵ ਕਰਾਂਗੇ ਲੇਕਿਨ ਅਸੀਂ ਦਹਿਸ਼ਤ ਪਨਾ ਕੇ ਰੱਖਣੀ ਹੈ ਪੋਲੀਟੀਕਲ ਪਾਰਟੀ 'ਚ ਪਬਲਿਕ ਦੇ ਰਾਹੀਂ ਮੈਸੇਜ ਦੇ ਕੇ ਆਹ ਕਰੋਗੇ ਤਾਂ ਹੈ ਜੇ ਨਹੀਂ ਕਰੋਗੇ ਨਾਲ ਆਪਾਂ ਇਹ ਵੀ ਐਡ ਕਰ ਸਕਦੇ ਹਾਂ ਤੁਹਾਡੀ ਗੱਲ ਸੁਣਨ ਤੋਂ ਬਾਅਦ ਵੀ ਐਂ ਕਰੋ ਤਾਂ ਵੋਟ ਮਿਲਦੀ ਹੈ ਪਰ ਇਹ ਗੱਲ ਸੁਣ ਲਓ ਜੇ ਨਾ ਤੁਸੀਂ 6 ਮਹੀਨੇ ਜਾਂ ਸਾਲ 'ਚ ਜਾਂ 2 ਸਾਲ ਜਿਹੜੇ ਵੀ ਤੁਸੀਂ ਸਾਨੂੰ ਟੀਚੇ ਦਿੱਤੇ ਹੈ ਉਹ ਜੇ ਤੁਸੀਂ ਨਾ ਪੂਰੇ ਕੀਤੇ ਤਾਂ ਅਸੀਂ ਤੁਹਾਡੇ ਵਿਰੋਧ ਉਨਾ ਹੀ ਜੋਸ਼ ਨਾਲ ਤੁਹਾਡਾ ਵਿਰੋਧ ਕਰਾਂਗੇ ਇਹ ਡੈਮੋਕਰੈਟਿਕ ਪ੍ਰੋਸੈਸ ਐਂ ਹੁੰਦਾ ਹੁੰਦਾ ਹੈ ਇਹ 5 ਸਾਲ ਦਾ ਸਾਈਕਲ ਤਾਂ ਬਰਦਾਸ਼ਤ ਕਰਨਾ ਪੈਂਦਾ ਬਹੁਤ ਬਹੁਤ ਸ਼ੁਕਰੀਆ ਸੰਧੂ ਸਾਹਿਬ ਸਾਡੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਤਾਂ ਇਹ ਸੀਗੇ ਗੁਰਵੀਰ ਸਿੰਘ ਸੰਧੂ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਮੰਚ ਬਾਰੇ ਦੱਸਿਆ ਵੀ ਮੰਚ ਦਾ ਕੀ ਰੋਲ ਹੋਏਗਾ ਕੀ ਰੂਪਰੇਖਾ ਹੋਏਗੀ ਕਿਵੇਂ ਲੋਕਾਂ ਜਾ ਕੇ ਉਹ ਅਵੇਅਰ ਕਰਨਗੇ ਅਤੇ ਲੋਕਾਂ ਨੂੰ ਸਮਝਾਉਣਗੇ ਵੀ ਕੀ ਉਹਨਾਂ ਨੂੰ ਸਿਆਸਤਦਾਨਾਂ ਨੂੰ ਸਵਾਲ ਕਰਨੇ ਚਾਹੀਦੇ ਨੇ ਤਿੱਖੇ ਸਵਾਲ ਕਰਨੇ ਚਾਹੀਦੇ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਸ਼ਮਸ਼ੇਰ ਸਿੰਘ ਸ਼ਹਿਜ਼ਾਦ ਨਾਲ ਮੈਂ ਸ਼ੁਭਕਰਮਨ ਧਾਲੀਵਾਲ ਪ੍ਰੋ ਪੰਜਾਬ ਟੀਵੀ